ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬਾਬਾ ਲਹਿਣਾ ਜੀ ਆਏ ਆ। ਆਪ ਤਿਆਗ ਦੀ ਬੜੀਆਂ ਉਦਾਹਰਣਾਂ ਨੇ ਗੁਰੂ ਘਰ ਅੰਦਰ। ਪਰ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀਆਂ ਦੋ ਘਟਨਾਵਾਂ ਔਰ ਉਹਨਾਂ ਦੀ ਬਾਣੀ। ਆਪ ਸਭ ਨੂੰ ਪਤਾ ਹੈ ਉਹ ਦੁਕਾਨਦਾਰੀ ਕਰਦੇ ਸਨ। ਨਾ ਪਿਤਾ ਜੀ ਕਿਰਸਾਨੀ ਕਰਦੇ ਸਨ ਤੇ ਨਾ ਮਹਾਰਾਜ ਜੀ ਨੇ ਆਪ ਕੀਤੀ। ਪਰ ਜਦੋਂ ਕਰਤਾਰਪੁਰ ਆਏ ਤੇ ਗੁਰੂ ਨਾਨਕ ਸਾਹਿਬ ਉਸ ਵਕਤ ਖੇਤੀ ਕਰ ਰਹੇ ਸਨ। ਪਹਿਲੀ ਵਾਰ ਆਏ ਸਾਨੂੰ ਪਤਾ ਹੈ ਮਹਾਰਾਜ ਆਪ ਲੈ ਕੇ ਹੈ ਜਦੋਂ ਦੂਸਰੀ ਵਾਰ ਆਏ ਤੇ ਇਤਿਹਾਸ ਕਹਿੰਦਾ ਹੈ ਕਿ ਬਾਬਾ ਲਹਿਣਾ ਜੀ ਘਰ ਚਲੇ ਗਏ ਤੇ ਮਾਤਾ ਸੁਲਖਣੀ ਜੀ ਨੂੰ ਧਰਮਸ਼ਾਲਾ ਚ ਪੁੱਛਿਆ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬਾਰੇ ਉਹਨਾਂ ਕਹਿਆ ਵੀ ਬਾਹਰ ਖੇਤਾਂ ਚ ਗਏ ਤੇ ਮਕੀਨਾ ਸੀ ਅਸੋਂ ਦਾ ਭਾਦੋਂ ਨਿਕਲ ਚੁੱਕਾ ਸੀ ਅਸੋਂ ਚੜਿਆ ਸੀ ਆਪ ਸਭ ਨੂੰ ਪਤਾ ਹੈ ਅਸੋਂ ਦੇ ਮਕੀਨੇ ਵਿੱਚ ਸਾਵਣੀ ਦੀ ਫਸਲ ਜਿਹੜੀ ਉਥੇ ਉਹ ਝੋਨਾ ਹੁੰਦੀ ਹੈ ਮਹਾਰਾਜ ਸਤਗੁਰੂ ਗੁਰੂ ਨਾਨਕ ਸਾਹਿਬ ਆਪ ਝੋਨੇ ਵਿੱਚ ਨਦੀਨ ਪਟ ਰਹੇ ਸਨ ਨਦੀਨ ਉਹ ਕਾ ਜਿਹੜਾ ਝੋਨੇ ਨੂੰ ਖਾ ਜਾਂਦਾ ਆਪਣੇ ਆਪ ਉਗਦਾ ਹੈ ਚਲੋ ਹੁਣ ਦਵਾਈਆਂ ਨੇ ਲੋਕ ਨਦੀਨ ਨਹੀਂ ਕੱਢਦੇ ਦਵਾਈ ਮਾਰਦੇ ਆ ਪਰ ਪਹਿਲਾਂ ਨਦੀਨ ਜਿਹੜਾ ਫालतू ਖਾ ਸੀ ਉਹ ਪਾਣੀ ਝਾਤ ਪਾਪਾ ਕੇ ਪਟਣਾ ਤੇ ਭਾਦੋਂ ਦੇ ਮਹੀਨੇ ਚ ਕੱਢਿਆ ਹੋਇਆ ਜਿਹੜਾ ਨਦੀਨ ਕਹੇ ਇੱਕ ਤਾਂ ਪਿੰਡਾ ਜਿਹੜਾ ਕੰਡ ਸੀ ਇਹ ਸਕਿਨ ਨੂੰ ਬਿਲਕੁਲ ਕਾਲਿਆਂ ਕਰ ਦਿੰਦਾ ਸੀ ਤੇ ਦੂਜਾ ਚਿਹਰਾ ਕਾਲਾ ਹੋ ਜਾਂਦਾ ਸੀ ਕਿਉਂਕਿ ਪਿੰਡੇ ਦੇ ਉੱਪਰ ਕੰਡ ਦੇ ਉੱਤਰ ਕਮਰ ਉੱਤੇ ਧੁੱਪ ਪੈਂਦੀ ਸੀ ਬਾਦੋਂ ਦੇ ਸੂਰਜ ਦੀ ਕਿਰਨਾਂ ਪੈਂਦੀਆਂ ਸਨ ਤੇ ਥੱਲੇ ਪਾਣੀ ਤਪਿਆ ਹੁੰਦਾ ਸੀ ਜਦੋਂ ਪਾਣੀ ਵਿੱਚ ਮੂੰਹ ਪਾਈਦਾ ਸੀ ਤੇ ਪਾਣੀ ਦੀ ਗਰਮ ਭੜਾਸ ਮੂੰਹ ਉੱਤੇ ਪੈਂਦੀ ਸੀ ਦੋ ਚੀਜ਼ਾਂ ਇੱਕ ਪਿੱਠ ਤੇ ਦੂਜਾ ਮੂੰਹ ਇਹ ਦੋਨੋਂ ਸੱਚੀ ਮੁੱਚੀ ਰੰਗ ਬਦਲ ਜਾਂਦੇ ਸਨ ਪਿੱਤ ਨਿਕਲ ਆਉਂਦੀ ਸੀ ਮਹਾਰਾਜ ਆਪ ਨਦੀਨ ਕਰ ਰਹੇ ਨੇ ਖੈਰ ਮੈਂ ਸੰਖੇਪ ਜੀਆਂ ਦੋ ਹੀ ਕਟਨਾਵਾ ਆਪਣਾ ਅਰਜ਼ ਕਰਨੀਆਂ ਨੇ ਕਿਉਂਕਿ ਦਿਨ ਨਾਲ ਹੋਰ ਸ਼ੌਕਾ ਹੋ ਜਾਏਗਾ ਆਪ ਤਿਆਗ ਬਾਬਾ ਲੈਣਾ ਸਾਹਿਬ ਜੀ ਹੱਟੀ ਸੀ ਸੋਹਣੇ ਕੱਪੜੇ ਪਾਏ ਉੱਥੇ ਚਲੇ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੇਖ ਕੇ ਨਾ ਕਦੀ ਕੰਮ ਤਾਂ ਖੇਤਾਂ 'ਚ ਕੀਤਾ ਨਹੀਂ ਇਹ ਵੀ ਖੇਤਾਂ 'ਚ ਵੜ ਗਏ ਉੱਥੇ ਇਤਿਹਾਸ ਕਹਿੰਦਾ ਇਹ ਨਹੀਂ ਸੀ ਪਤਾ ਲੱਗ ਰਿਹਾ ਵੈ ਗੁਰੂ ਇਹ ਨਾ ਸਮਝਣਾ ਕਿ ਗੁਰੂ ਆਗਾਦ ਬੋਧ ਹੈ ਪਰ ਇੱਕ ਕੌਤਕਗੁਰ ਦੇ ਵਰਤਾਰੇ ਇਹ ਨਹੀਂ ਸਮਝ ਲੱਗ ਰਿਹਾ ਨਦੀਨ ਕੀ ਘਾਹ ਕਈ ਵਾਰੀ ਘਾਹ ਤੇ ਝੋਨਾ ਇੱਕੋ ਜਿਹਾ ਲੱਗਦਾ ਉਹ ਭੁਲੇਖੇ ਨਾਲ ਝੋਨੇ ਦੇ ਬੂਟੇ ਪੱਟ-ਪੱਟ ਕੇ ਜਦੋਂ ਬਾਹਰ ਕੱਢਣ ਲੱਗੇ ਤੇ ਮਹਾਰਾਜ ਖਲੋਗ ਹੈ ਖੇਤਾਂ ਵਿੱਚ ਹੀ ਆਵਾਜ਼ ਦੇਖ ਕੇ ਕਹਿੰਦੇ ਨੇ ਪੁਰਖਾਇ ਕੀ ਕਰ ਰਹੇ ਹੈ ਕਹਿਣ ਲੱਗਾ ਮਹਾਰਾਜ ਮੈਂ ਵੀ ਪੱਟ ਰਿਆ ਵਾਂ ਕਹਿਣ ਲੱਗੇ ਨਹੀਂ ਬਾਹਰ ਚੱਲ ਤੈਨੂੰ ਪੱਟਣ ਵਾਸਤੇ ਨਹੀਂ ਸੱਦਿਆ ਤੈਨੂੰ ਲਾਣ ਵਾਸਤੇ ਸੱਦਿਆ ਹੈ ਇਹ ਰਮਜਾ ਸਨ ਨਾ ਇਹ ਸ਼ਬਦ ਕਹਤੋ ਪਟਨ ਨਹੀਂ ਆਇਆ ਤੈਨੂੰ ਲਾਣ ਵਾਸਤੇ ਸੱਦਿਆ ਕਿਉਂਕਿ ਉਹ ਝੋਨਾ ਪਟ ਰਹੇ ਸਨ ਮਹਾਰਾਜ ਪਰ ਮੈਂ ਕੀ ਸੇਵਾ ਕਰਾਂ ਕਹਿਣ ਲੱਗੇ ਉਹ ਪੰਡ ਨਦੀਨ ਦੀ ਪਸ਼ੂਆਂ ਵਾਸਤੇ ਤਿਆਰ ਏ ਇਹਨੂੰ ਸਿਰ ਤੇ ਚੁੱਕ ਕੇ ਲੈ ਜਾ ਮਹਾਰਾਜ ਬਾਹਰ ਨਿਕਲੇ ਜੀ ਚਿੱਟੇ ਕੱਪੜੇ ਸਿਰ ਦੇ ਉੱਤੇ ਪੰਡ ਚੁਕਾ ਦਿੱਤੀ ਹੁਣ ਇਹ ਯਾਦ ਰੱਖਿਓ ਕਹਾਣੀ ਸਾਖੀ ਭਾਵੇਂ ਬਿਲਕੁਲ ਛੋਟੀ ਜਿਹਾ ਆਪਾਂ ਕਾਂਗੇ ਬੜੀ ਵਰੀ ਸੁਣੀ पर मानसिक अवस्था ਤੇ ਤੁਸੀਂ ਦੇਖੋਗੇ ਇੱਕ ਈਗੋ ਜ਼ਰੂਰ ਹੋਵੇਗੀ ਪਰ ਹੈ ਨਹੀਂ ਸੀ ਉੱਥੇ ਆਖਰ ਮੈਂ ਮੇਰੀ ਦੁਕਾਨ ਹੈ ਮੇਰੀ ਕੋ ਥਾਂ ਹੈ ਮੈਂ ਚੱਲ ਕੇ ਆਇਆ ਤੇ ਕੰਮ ਕੀ ਬਿਲਕੁਲ ਕੋਈ ਖੌਮੇ ਦੀ ਬੋਈ ਨਹੀਂ ਕੱਪੜੇ ਨਹੀਂ ਦੇਖ ਕੇ ਸਤ ਬਚਨ ਕਹਿ ਕੇ ਘਾਹ ਵਾਲੀ ਪੰਡ ਸਿਰ ਤੇ ਰੱਖ ਲੇ ਉਸ ਵਿੱਚੋਂ ਪਾਣੀ ਚ ਹੋਵੇ ਤੇ ਪਾਣੀ ਵੀ ਮਹਿਲਾ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਕੱਪੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਕੀਤਾ ਉਹਨਾਂ ਦੇ ਭਰੇ ਗਏ ਮੈਲੇ ਪਾਣੀ ਨਾਲ ਜਦੋਂ ਘਰ ਜਾ ਕੇ ਸੱਟਿਓ ਨੇ ਪੰਡ ਤੇ ਮਾਤਾ ਸੁਲਖਣੀ ਜੀ ਨੇ ਇੰਨੇ ਸ਼ਬਦ ਕਹਿ ਕਹਿਣ ਲੱਗੇ ਕਿ ਅੱਜ ਤਾਂ ਆਇਆ ਕੱਪੜੇ ਜੇ ਬਦਲੇ ਵੀ ਨਹੀਂ ਚਿੱਟੇ ਕੱਪੜੇ ਨੇ ਪੁਰਾਣਿਆਂ ਵਾਲੇ ਪਾਏ ਤੇ ਤੁਸੀਂ ਦੇਖਿਆ ਮਹਾਰਾਜ ਇਹਦੇ ਸਾਰੇ ਕੱਪੜੇ ਪਾਂਡੇ ਨੂੰ ਚੁਕਾ ਦਿੱਤੀ ਉੱਥੇ ਮਾਰੇ ਦੇ ਤਿੰਨ ਬਚਨ ਸੁਣਿਓ ਕਹਿਣ ਲੱਗੇ ਪਾਂਡੇ ਨੂੰ ਚੁਕਾ ਦਿੱਤੀ ਮਹਾਰਾਜ ਚੁੱਪ ਕਰ ਗਿਆ ਦੂਜੀ ਵਾਰ ਹੀ ਕਿਹਾ ਕਿ ਕਿਸੇ ਹੋਰ ਨੂੰ ਚੁਕਾ ਦਿੰਦੇ ਮਹਾਰਾਜ ਪੰਡ ਕਹਿਣ ਲੱਗੇ ਸੁਲੱਖਣੀਏ ਇਹਦੇ ਤੋਂ ਬਿਨਾ ਪੰਡ ਕਿਸੇ ਚੁੱਕ ਨਹੀਂ ਸਕਣੀ ਹੁਣ ਦੇਖੋ ਰਮਜ਼ਾ ਮੈਂ ਕੱਲ ਕਿਹਾ ਸੀ ਗੁਰੂ ਮੁਰਸ਼ਦੁਰ ਰਮਜ਼ ਮਾਰਦਾ ਰਮਜ਼ ਵੀ ਅੰਦਰ ਦੀ ਅਵਸਥਾ ਤੋਂ ਬਿਨਾ ਨਹੀਂ ਸਮਝੀ ਜਾਂਦੀ ਕਹਿਣ ਲੱਗੇ ਇਹਦੇ ਤੋਂ ਬਿਨਾ ਪੰਡ ਕਿਸੇ ਨੇ ਚੁੱਕਣੀ ਨਹੀਂ ਦੂਜਾ ਸ਼ਬਦ ਕਿਹੋ ਨੇ ਨਾਲੇ ਪੰਡ ਥੋੜਾ ਹੈ ਮਾਰੇ ਨਾਲੇ ਪੱਠੇ ਪਾਣ ਲੱਗ ਪਏ ਡੰਗਰਾਂ ਡੰਗਰਦਾਰ سامنے ਪਸ਼ਵਾਨ ਨੂੰ ਪਸ਼ਵਾਨ ਨੂੰ ਪੱਠੇ ਪਾੰਦੇ ਨੇ ਨਾਲੇ ਕਾਹ ਖੋਲ ਕੇ ਸਾਫ ਕਰਕੇ ਨਾਲੇ ਕਹਿੰਦੇ ਨੇ ਸੁਲੱਖਣੀਏ ਖਲੋਤੇ ਮਾਤਾ ਜੀ ਕੋਲ ਨਾਲੇ ਪੰਡ ਥੋੜਾ ਇਹ ਤੇ ਦੀਨ ਦੁਨੀ ਦਾ ਛੱਤਰ ਹੈ ਜਿਹੜਾ ਲੈਣੇ ਦੇ ਸਿਰ ਤੇ ਰੱਖਣਾ ਹੈ ਹੈ ਤਾਂ ਬਾਹਰ ਮੁਖੀ ਪੰਡ ਹੀ ਨਾ ਪਹਿਲੀ ਗੱਲ ਪੰਡ ਚੁੱਕਣ ਵਾਲਾ ਕੋਈ ਨਹੀਂ ਦੂਜੀ ਗੱਲ ਦੀਨ ਦੁਨੀ ਦਾ ਛੱਤਰ ਹੈ ਤੇ ਤੀਜਾ ਸ਼ਬਦ ਵਰਤਿਆ ਸੀ ਸੁਲੱਖਣੀਏ ਬਸ ਆ ਹੀ ਕਹਿ ਰਹੀ ਹੈ ਨਾ ਕਿ ਇਹਦੇ ਕੱਪੜੇ ਜਿਹੜੇ ਨੇ ਉੰਜ ਵੈਸੇ ਮਹਾਰਾਜ ਸੁਲਖਣੀ ਦੀ ਥਾਂ ਸ਼ਬਦ ਵਰਦੇ ਸੰ ਚੌਣੇ ਕੀਏ। ਬਾਬਾ ਮੂਲਾ ਜੀ ਚੌਣੇ ਸਨ ਨਾ ਕਾਸਟ ਉਹਨਾਂ ਦੀ। ਮਹਾਰਾਜ ਜੀ ਕਹਿੰਦ ਨੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਕੱਪੜਿਆਂ ਤੇ ਚਿੱਕੜ ਹੈ। ਨਹੀਂ ਨਹੀਂ ਬਿਲਕੁਲ ਚਿੱਕੜ ਨਹੀਂ। ਧਿਆਨ ਨਾਲ ਦੇਖੀ ਸੇਵਾ ਕਰਨ ਵਾਲਿਆਂ ਦਾ ਚਿੱਕੜ ਵੀ ਕੇਸਰਵਾਂ ਜਾਂਦਾ ਹੈ। ਇਹ ਕੇਸਰ ਦੇ ਛਿੱਟੇ ਨੇ। ਮੈਂ ਬੇਨਤੀ ਕਰਾਂਗਾ ਜੀ ਦੇਖੋ ਤੁਸੀਂ ਸਾਖ ਹੀ ਭਾਵੇਂ ਸੀ ਬੜੀ ਬੜੀ ਸੁਣੀ। ਪਰ ਸਭ ਤੋਂ ਪਹਿਲਾਂ ਇੱਥੇ ਹੀ ਆਪਾਂ ਤਿਆਗਣਾ ਸ਼ੁਰੂ ਹੋ ਗਿਆ। ਗੁਰੂ ਅੰਗਦ ਸਾਹਿਬ ਨੇ ਬਿਲਕੁਲ ਨਹੀਂ ਕਿਹਾ ਕਿ ਮਹਾਰਾਜ ਤੁਸੀਂ ਦੇਖੋ ਮੈਨੂੰ ਪੰਡ ਚਕਾਰ ਤੀ ਮੇ ਕਪੜੇ ਤਾਂ ਭਰੇਗਾ ਉਹਨਾਂ ਬਿਲਕੁਲ ਨਹੀਂ ਕਿਹਾ ਇਹ ਸ਼ਬਦ ਮਾਤਾ ਸੁਲੱਖਣੀ ਜੀ ਦੇ ਸਨ ਪਰ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਗੁਰੂ ਅੰਗਦ ਸਾਹਿਬ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਅਖਾਰ ਹੁਕਮ ਨੂੰ ਮੰਨਿਆ ਬਾਬਾ ਲੈਣਾ ਜੀ ਕਿਉਂ ਤਰਕ ਕਿਦੀ ਕੀਤਾ ਹੀ ਨਹੀਂ ਉਹਨਾਂ ਨੇ ਪਰ ਜਿਹੜਾ ਅੰਤਲਾ ਸਮਾ ਸੀ ਨਾ ਉਹ ਬੜੀ ਵਿਖਮ ਮਹਾਰਾਜ ਜੀ ਨੇ ਪਰਖਿਆ ਲਈ ਸਦਾ ਇਤਿਹਾਸ ਕਹਿੰਦਾ ਮਹਾਰਾਜ ਧਰਮਸ਼ਾਲਾ ਚੋਂ ਨਿਕਲੇ ਲੱਕ ਦਿਵਾਲੇ ਸੰਗਲੀ ਬੰਨੀ ਜੀ ਗੁਰੂ ਨਾਨਕ ਸਾਹਿਬ ਨੇ ਸ਼ਿਕਾਰੀਆਂ ਵਾਲੇ ਕੱਪੜੇ ਖਾਤੇ ਸੋਟਾ ਪਕੜਿਆ ਸੰਗਲੀ ਬੰਨੀ ਹੱਥ 'ਚ ਕੁੱਤਿਆਂ ਦੀਆਂ ਸੰਗਲੀਆਂ ਪਕੜੀਆਂ ਰस्सੀਆਂ ਜੰਗਲ ਸੀ ਨੇੜੇ ਤੁਰ ਪਏ ਸਾਰੇ ਸਿੱਖ ਪਿੱਛੇ ਆਏ ਚਲੋ ਕਈਆਂ ਇਤਿਹਾਸਕਾਰਾਂ ਨੇ ਕਿਹਾ ਬਿਮਾਰੇ ਨੇ ਪੈਸੇ ਸੱਟੇ ਸਾਰੇ ਪਿੱਛੇ ਆਈ ਗਏ ਮਹਾਰਾਜ ਜਿਹੜਾ ਨਜ਼ਰ ਲੱਗਿਓ ਨਹੀਂ ਸੋਟੇ ਮਾਰੀ ਜਾਣ ਡਾਂਗਾ ਮਾਰੇ ਨੇ ਮਾਰੀਆਂ ਕੁਈ ਪੈਸੇ ਲੈ ਕੇ ਆ ਗਿਆ ਕੁਈ ਉਸ ਤਰ੍ਹਾਂ ਛੋਟੇ ਖਾ ਕੇ ਆ ਗਿਆ ਤੇ ਮੈਂ ਕਿਨ ਅਖੀਰ ਤੇ ਸਿਰ ਬਾਬਾ ਲੈਣਾ ਜੀ ਰਹਿ ਗਏ ਇੱਕ ਬਾਬਾ ਬੁੱਢਾ ਸਾਹਿਬ ਜੀ ਸੰਜੀ ਉਹਨਾਂ ਨੂੰ ਛੋਟਾ ਮਾਰਿਆ ਰੋਖ ਖੋਲੇ ਹੋਏ ਤੇ ਨਾਲ ਸ਼ਬਦ ਕਿਹਾ ਵਾਪਸ ਚਲਾ ਜਾ ਤੇਰੇ ਤੋਂ ਓਲੇ ਕਦੇ ਨਾ ਹੋਸਾ ਪਰ ਬਾਬਾ ਲੈਣਾ ਜੀ ਪਿੱਛੇ ਨੇ ਮਾਰਨੇ ਛੋਟਾ ਮਾਰਿਆ ਜੀ ਕੁਛ ਨਹੀਂ ਕਿਹਾ ਸਤਗੁਰੂ ਨੇ ਕਿਹਾ ਮੇਰੇ ਪਿੱਛੇ ਕੀ ਲੈਣਾ ਹੈ ਚਲਾ ਜਾ ਵਾਪਸ ਜਿਹੜੇ ਸਿੱਖ ਚਲੇ ਗਏ ਉਹ ਕبھی ਸੰਤੋਖ ਸੰਕ ਦੇ ਉਹ ਵੀ ਆਵਾਜ਼ਾਂ ਮਾਰਦੇ ਨੇ ਕਈ ਅਸ਼ਰਧਕ ਹੋ ਗਏ ਇਸ ਕੌਤਕ ਤੋਂ ਹੈ ਗੁਰੂ ਦਾ ਕੌਤਕ ਹੀ ਕੌਤਕ ਪਖੰਡ ਨਹੀਂ ਹੁੰਦਾ ਕਈ ਕੌਤਕ ਤੋਂ ਅਸ਼ਰਧ ਹੋ ਗਏ ਆਵਾਜ਼ ਮਾਰਨ ਲੱਗੇ ਲੈਣਿਆ ਪਤਾ ਨਹੀਂ ਕੀ ਹੋ ਗਿਆ ਮਹਾਰਾਜੀ ਨੂੰ ਕਹਿੰਿਆ ਕਿ ਪੁੱਤਰ ਨੂੰ ਗੱਦੀ ਫਟਾਫਟ ਦੇ ਦਿਓ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਆਂਜੇ ਸਿਰ ਮੰਗੇ ਤੇ ਮਸੰਤ ਭੱਜ ਕੇ ਮਾਤਾ ਗੁਜਰੀ ਜੀ ਕੋਲ ਚਲੇਗਾ ਮਾਂ ਫਟਾਫਟ ਕਰ ਪੁੱਤਰ ਤੇਰੇ ਦੇ ਦਿਮਾਗ ਨੂੰ ਕੁਝ ਹੋ ਗਿਆ ਫਟਾਫਟ ਬਾਬੇ ਜੀ ਸਿੰਘ ਨੂੰ ਗੱਦੀ ਦੇ ਦੇ ਹੁਣ ਸਮਝ ਨਹੀਂ ਪਹਿ ਰਹੀ ਕਉਤਕ ਦੀ ਕਹਨਗੇ ਤੂੰ ਪਿੱਛੇ ਕੀ ਜਾ ਰਿਹਾ ਵਾਪਸ ਆ ਪਰ ਬਾਬਾ ਲੈਣਾ ਜੀ ਚਲੇ ਗਏ ਮਾਰੇ ਨੇ ਸ਼ਬਦ ਵਰਤਿਆ ਲੈਣਿਆ ਛੋਟਾ ਵੀ ਮਾਰਿਓ ਨੇ ਚਲਾ ਜਾ ਵਾਪਸ ਕਹਿੰਦਾ ਮਹਾਰਾਜ ਕਿੱਥੇ ਜਾਵਾਂ ਮਹਾਰਾਜ ਕਿਹਦੇ ਨੇ ਆਪਣੇ ਘਰ ਕਿਹਦੇ ਨੇ ਆਪਣੇ ਘਰ ਚ ਤਾ ਤੁਸੀਂ ਲੈ ਕੇ ਗਏ ਹੋ ਹੋਰ ਕਿਹੜਾ ਘਰ ਹੈ ਆਪਣਾ ਸਮਝਿਓ ਇਸ ਗੱਲ ਨੂੰ ਥਿਰ ਕਰ ਬੈਸੋ ਗੁਰੂ ਹੀ ਲੈ ਕੇ ਜਾਂਦਾ ਨਿਜ ਘਰ ਮਹਿਲ ਪਾਉ ਸੁਖ ਸਹਿ ਜੀ ਇਹ ਵੀ ਰਮਜ ਸੀ ਅਗਲਾ ਵੇਖੋ ਸੁਰਤ ਕਰਕੇ ਕਿੱਥੇ ਪਹੁੰਚੇ ਜਵਾਬ ਦਿੱਤਾ ਆਪਣੇ ਘਰ ਚ ਤੇ ਤੁਸੀਂ ਲੈ ਗਏ ਹੋ ਹੁਣ ਕਿਹੜੇ ਘਰ ਜਾਵਾਂ ਕਿਹੜਾ ਘਰ ਹੈ ਹੋਰ ਜੀ ਮਹਾਰਾਜ ਕਿਹਦੇ ਨੇ ਵੇਖ ਜਿੰਨਾ ਲੋਕਾਂ ਦੇ ਘਰ ਸੰਸਾਰੇ ਚਲੇ ਗਏ ਤੂੰ ਜਾ ਆਪਣੇ ਘਰ ਕਹਿੰਦਾ ਨੇ ਚਰਨ ਪਕੜੀ ਕੇ ਕਹਿੰਦਾ ਮਾਰ ਲਓ ਵੱਢ ਲਓ ਕੱਟ ਲਓ ਪਰ ਤੇਰੇ ਤੋਂ ਬਿਨਾ ਮੇਰਾ ਘਰ ਕੋਈ ਨਹੀਂ ਮੈਂ ਕਿਹੜੀ ਥਾਂ ਤੇ ਜਾਵਾਂ ਹੁਣ ਦੇਖੋ ਮੈਂ ਕਹਿੰਦਾ ਸਿਦਕ ਭਰੋਸਾ ਆ ਹੈ ਆਪਾ ਤਿਆ ਗਿਆ ਕੋਈ ਨਹੀਂ ਸ਼ੱਕ ਮਾਰ ਇਤੇ ਇਹਨੇ ਸਮਰਪਿਤ ਕਹਿੰਦੇ ਤੁਹਾਡੇ ਤੋਂ ਬਿਨਾ ਘਰ ਕੋਈ ਨਹੀਂ ਮਹਾਰਾ ਰਵੀ ਦੇ ਕੰਡੇ ਲੈ ਗਏ ਕਹਿਣ ਲੱਗੇ ਜੇ ਮੇਰੇ ਪਿੱਛੇ ਨਹੀਂ ਉਹ ਮੁਰਦਾ ਖਾ ਇਹ ਇਹ ਸਾਖ ਨੂੰ ਖੰਡਨ ਨਾ ਕਰੀਏ ਸੱਚ ਹੋਇਆ ਇਸ ਤਰ੍ਹਾਂ ਉਹਦੀ ਜਿਹੜੀ ਸੇਵ ਸੀ ਇਸ ਤਰ੍ਹਾਂ ਸੀ ਜਿਵੇਂ ਮੁਰਦਾ ਪਏ ਉੱਤੇ ਚਿੱਟਾ ਕੱਪੜਾ ਸਾਰੀ ਮੰਨੇ ਯਾਦ ਰੱਖਿਓ ਐਹੀ ਸੇਵ ਉਹਦੀ ਜਿਹੜੀ ਬਣੀ ਸੀ ਜਿਸ ਢੰਗ ਨਾਲ ਉਹ ਕੋਲ ਮੁੱਢ ਵੀ ਪਏ ਨੇ ਬਾਲਣ ਪਏ ਮਹਾਰਾਜ ਕਹਿੰਦੇ ਨੇ ਮੁਰਦਾ ਖਾ ਬਾਬਾ ਲੈਣਾ ਜਿਹਨੇ ਬਿਲਕੁਲ ਨਹੀਂ ਕਿਹਾ ਉਫਰ ਕਰਮਾ ਕਰਨ ਲੱਗ ਪਏ ਮੁਰਦੇ ਦੀ ਤੇ ਮਹਾਰਾਜ ਕਹਿੰਦੇ ਨੇ ਬਸ ਤੈਨੂੰ ਕਿਹਾ ਜੇ ਮੇਰੇ ਪਿੱਛੇ ਹੁਣ ਮੁਰਦਾ ਖਾਂ ਘੁੰਮੀ ਕਿਉਂ ਜਾਣਾ ਹੈ ਕਹਿਣ ਲੱਗੇ ਸਤਿਗੁਰੂ ਅਗਲਾ ਹੁਕਮ ਤਾਂ ਦਿਓ ਪੈਰਾਂ ਵਾਲੇ ਪਾਸਿਓ ਖਾਵਾਂ ਕਿ ਸਿਰ ਵਾਲਿਓ ਕਿਹੜੇ ਪਾਸਿਓ ਖਾਵਾਂ ਮਹਾਰਾਜ ਕਹਿੰਦੇ ਆ ਪੈਰਾਂ ਵਾਲੇ ਪਾਸਿਓ ਜਦੋਂ ਕਪੜਾ ਚੁੱਕਿਆ ਉਹ ਮੁਰਦਾ ਨਹੀਂ ਸੀ ਉਹ ਕੜਾ ਪ੍ਰਸ਼ਾਦ ਦੀ ਤਹਿਕ ਸੀ ਐਵੇਂ ਨਿਖੰਡਨ ਕਰ ਦੇਣਾ ਚੇਤੇ ਰੱਖਿਓ ਮਰਨ ਵਾਲਿਆਂ ਨੂੰ ਮਿੱਠਾ ਮਿਲਦਾ ਹੁੰਦਾ ਹੈ ਮਰੀ ਚੀਜ਼ ਅਸੀਂ ਇਕੱਲਾ ਬੰਦਾ ਨਹੀਂ ਇੱਥੇ ਕਿਤੇ ਕਿਸੇ ਕਰਤਾਰ ਬੁਰਖੇ ਦੀ ਮੌਤ ਹੀ ਨਹੀਂ ਹੋਈ ਇਹ ਗੁਰੂ ਜੀ ਨੇ ਕੀ ਖੇਡ ਵਰਤਾਈ ਕਹਿਣ ਲੱਗੇ ਮਰਦਾ ਖਾਂ ਪਰ ਪੈਰਾਂ ਵਾਲੇ ਪਾਸਿਓਂ ਮਹਾਰਾਜ ਸਤਿ ਬਚਨ ਚੁੱਕਿਆ ਤੇ ਪ੍ਰਸ਼ਾਦ ਕਹਿੰਦੇ ਨੇ ਮਹਾਰਾਜ ਨੇ ਨਾ ਜੀ ਪਕੜ ਕੇ ਮੋਢਿਆਂ ਤੋਂ ਕੁੱਟ ਕੇ ਸੀਨੇ ਨਾਲ ਲਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਰੋਪ ਹੈ ਬਰਾ ਵੀ ਚਾਏ ਕਹਿ ਲੱਗੇ ਲੈਣਿਆ ਤੁਸੀਂ ਕਿਹਾ ਸੀ ਕਿ ਮੇਰਾ ਘਰ ਕੋਈ ਨਹੀਂ ਜਿਨ੍ਹਾਂ ਦੇ ਘਰ ਸੰ ਘਰਾਂ ਵੀ ਚਲੇ ਗਏ ਸੱਚ ਇਹ ਵੇ ਮੈਂ ਵੀ ਘਰ ਲੱਭਦਾ ਪਿਆ ਅਸਾਂ ਘਰ ਬਦਲਨੇ ਤੇਰੇ ਵਰਗਾ ਘਰ ਕੋਈ ਨਹੀਂ ਲੱਭਾ ਅੱਜ ਤੋਂ ਬਾਅਦ ਮੇਰਾ ਨਿਵਾਸ ਤੇਰੇ ਘਰ ਵਿੱਚ ਹੋਵੇਗਾ ਹੁਣ ਇਹਦੂ ਵੱਧ ਆਪਾ ਤਿਆਗ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛੋ ਮਹਾਰਾਜ ਇਹ ਤੁਸੀਂ ਕਿਵੇਂ ਝਰ ਗਏ ਵੀ ਇੰਨਾ ਚੰਗਾ ਵੀ ਹੋਇਆ ਮਹਾਰਾਜ ਕਹਿੰਦੇ ਨੇ ਭਾਈ ਪਹਿਲੀ ਗੱਲ ਤਾਂ ਯਾਦ ਰੱਖਿਓ ਜਿਸ ਪਿਆਰੇ ਸਿਓ ਨੇਖੋ ਤਿਸ ਅੱਗੇ ਇੱਕ ਤਾਂ ਇਹ ਨਾ ਵੀ ਮਰ ਜਾਣਾ ਇੱਥੇ ਮਰ ਚਲੀਐ ਦਰ ਤੇ ਆਪਣੀ ਖੌਮੇ ਨੂੰ ਵੱਢ ਕੇ ਰੱਖ ਦੇਣਾ ਤਿਸ ਅੱਗੇ ਮਰ ਚਲੀਐ ਫਿਰ ਬੇਨਤੀ ਸੁਣਿਓ ਇਹ ਅਰਥ ਇਹ ਨਹੀਂ ਵੀ ਮਰ ਜਾਣਾ ਉਸ ਤੋਂ ਬਿਨਾ ਕੋਈ ਜ਼ਿੰਦਗੀ ਥੋੜਾ ਪਰ ਗੁਰੂ ਅੰਗਦ ਸਾਹਿਬ ਬਾਅਦ ਚ ਗੱਦੀ ਸੰਭੀ ਇਹਦਾ ਅਰਥ ਕੀ ਹੈ ਕਿ ਜਿਸ ਪਿਆਰੇ ਨਾਲ ਮੁਹੱਬਤ ਹੈ ਗੁਰੂ ਅੱਗੇ ਉਸ ਅੱਗੇ ਮਰ ਜਾ ਮਰ ਜਾ ਦਰਤੇ ਆਪਣਾ ਆਪ ਤਿਆਗ ਦੇ ਜਿਹਨੂੰ ਮਹਾਰਾਜ ਨੇ ਕਿਹਾ ਕਬੀਰ ਜਾਂ ਦਿਨ ਖਉਮ ਹੁਆ ਪਾਛੈ ਬਿਆ ਆਨੰਦ ਜਿਸ ਪਿਆਰੇ ਸਿਉ ਨੇਹੁ ਤਿਸ ਆਗੇ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਕੈ ਪਛੈ ਜੀਵਨਾ ਉਸ ਤੋਂ ਬਿਨਾ ਉਹਦੇ ਸਿਮਰਨ ਤੋਂ ਬਿਨਾ ਉਹਦੇ ਨਾਮ ਤੋਂ ਬਿਨਾ ਜ਼ਿੰਦਗੀ ਵਿਅਰਥ